ਨਿੱਕੀ ਨਿੱਕੀ ਗੱਲ ਤੇ ਤਾਂ ਗੁੱਸਾ ਆ ਜਾਂਦਾ। ਘਰੇ ਪਹੁੰਚਦੇ ਹਾਂ, ਥੱਕੇ ਹੁੰਦੇ ਹਾਂ, ਕੰਮ ਤੋਂ ਆਉਂਦੇ ਹਾਂ, ਕਿੱਥੇ ਦਿਲ ਕਰਦਾ ਵੀ ਬਾਹਰ ਜਾ ਕੇ ਕੋਈ ਐਕਸਰਸਾਈਜ਼ ਕਰ ਲਈਏ ਜਾਂ ਫਿਰ ਘਰਦਿਆਂ ਦੇ ਵਿੱਚ ਬੈਠੀਏ ਗੱਲਾਂ ਬਾਤਾਂ ਮਾਰੀਏ। ਕਈ ਵਾਰ ਨਹੀਂ ਟਾਈਮ ਲੱਗਦਾ, ਮੈਂ ਸਮਝ ਸਕਦਾ, ਬਟ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਡੀ ਮੈਂਟਲ ਹੈਲਥ 'ਤੇ ਬਹੁਤ ਅਸਰ ਪਾਉਂਦੀਆਂ। ਜਦੋਂ ਆਪਣੇ ਕੋਲ ਆਪਣੇ ਆਪ ਵਾਸਤੇ ਟਾਈਮ ਨਹੀਂ ਕੱਢ ਪਾਉਂਦੇ ਨਾ, ਤਾਂ ਹੀ ਫਿਰ ਆਪਣੇ ਮੂਡ ਸਵਿੰਗਸ ਇੱਦਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ, ਅਤੇ ਲੌਂਗ ਟਰਮ ਦੇ ਵਿੱਚ ਇਹ ਚੀਜ਼ ਦਾ ਅਸਰ ਆਪਣੀ ਮੈਂਟਲ ਹੈਲਥ 'ਤੇ ਬਹੁਤ ਜ਼ਿਆਦਾ ਪੈਂਦਾ। ਹਮੇਸ਼ਾ ਆਪਾਂ ਗੱਲ ਕਰਦੇ ਰਹਿੰਦੇ ਹਾਂ ਮੈਂਟਲ ਹੈਲਥ ਦੀ, ਵੀ ਤੁਸੀਂ ਵੀ ਸੋਚ ਜਾਓਗੇ ਕੀ ਇਹ ਸਿਰ ਖਪਾਈ ਨਵੀਆਂ ਗੱਲਾਂ ਕਰੀ ਜਾਂਦੇ ਹੁੰਦੇ ਹਾਂ, ਬਟ ਇਹ ਚੀਜ਼ਾਂ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਆ ਜਾਂ ਫਿਰ ਆਪਣੀ ਜ਼ਿੰਦਗੀ ਦੇ ਰੁਝੇਵੇਂ ਵੱਧਦੇ ਆ, ਆਪਣੇ ਉੱਤੇ ਬਹੁਤ ਅਸਰ ਪਾਉਂਦੀਆਂ। ਸੋ ਜੇ ਆਪਾਂ ਸ਼ੁਰੂ ਤੋਂ ਹੀ ਥੋੜ੍ਹਾ 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 ਖਿਆਲ ਰੱਖਣ ਲੱਗ ਜਾਈਏ, ਤਾਂ ਆਪਾਂ ਨੂੰ ਵੱਡੀ 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 ਵੱਡੀਆਂ ਪ੍ਰੋਬਲਮਾਂ ਨਹੀਂ ਆਉਣਗੀਆਂ ਲਾਈਫ ਦੇ ਵਿੱਚ। ਸਾਰੀ ਗੱਲਬਾਤ ਮੁੱਕਦੀ ਹੈ ਜੀ ਆਪਣੇ ਥੋਟਸ 'ਤੇ, ਆਪਾਂ ਸੋਚਦੇ ਕਿੱਦਾਂ। ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਖਬਰਾਂ ਸਾਰੀ ਸੁਣਦੇ ਹੋਣਗੇ, ਖਬਰਾਂ ਸਾਰੀ ਪੜ੍ਹਦੇ ਹੋਣਗੇ। ਅੱਜ ਕੱਲ੍ਹ ਖਬਰਾਂ ਲਈ ਖਬਰਾਂ ਦੇ ਚੈਨਲ 'ਤੇ ਜਾਣ ਦੀ ਲੋੜ ਨਹੀਂ ਪੈਂਦੀ, ਫੇਸਬੁੱਕ ਇੰਸਟਾਗ੍ਰਾਮ 'ਤੇ ਇਹਦੀਆਂ ਖਬਰਾਂ ਤਾਂ ਉੱਥੇ ਪਈ ਜਾਂਦੀਆਂ। ਖਬਰਾਂ ਵੀ ਉੱਦਾਂ ਦੀਆਂ ਜਿਹਦਾ ਕੋਈ ਆਪਣੇ ਕੋਲ ਠੋਸ ਸਬੂਤ ਨਹੀਂ ਵੀ ਸਹੀ ਆ ਕਿ ਗਲਤ ਹੈ। ਖਬਰ ਆਈ ਆ, ਫੈਲਾ ਦਿਉ, ਅੱਗੇ ਪਾਸ ਕਰ ਦਿਉ, ਫੋਰਵਰਡ ਕਰ ਦਿਉ, ਇੰਟਰਸਟਿੰਗ ਨਹੀਂ ਲੱਗੀ ਤਾਂ ਇਗਨੋਰ ਕਰ ਦਿਉ। ਜੇ ਕੁਛ ਸਵਾਦ ਆਇਆ ਖਬਰ ਪੜ੍ਹ ਕੇ ਸੁਣ ਕੇ, ਜਾਂ ਕਿਸੇ 'ਤੇ ਟਿੱਪਣੀ ਹੋ ਗਈ, ਕਿਸੇ 'ਤੇ ਮਜ਼ਾਕ ਹੋ ਗਿਆ, ਕਿਸੇ 'ਤੇ ਜੋਕ ਬਣ ਗਿਆ, ਅੱਗੇ ਫੋਰਵਰਡ ਕਰ ਦਿਉ। ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਘਰ ਕਰ ਜਾਂਦੀਆਂ ਅਤੇ ਆਪਣੀ ਇੱਕ ਸੋਰਸ ਬਣ ਜਾਂਦੀ ਆ ਇਨਫੋਰਮੇਸ਼ਨ ਦਾ। ਤੁਸੀਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜਿਹੜੇ ਕਿ ਪੇਰੈਂਟਸ ਨੇ ਤੁਹਾਡੇ ਬੱਚੇ ਨੂੰ, ਸਪੋਜ਼ ਕਰੋ ਖਾਂਸੀ ਹੋ ਗਈ, ਕੁਛ ਹੋ ਗਿਆ, ਤੁਸੀਂ ਪਰ ਪਾਸਟ ਦੇ ਵਿੱਚ ਇੱਦਾਂ ਦੀਆਂ ਨਿਊਜ਼ ਸੁਣੀਆਂ ਨੇ ਕਿ ਬੱਚੇ ਨੂੰ ਇੱਦਾਂ ਹੋਇਆ, ਖਾਂਸੀ ਹੋਈ, ਇਹ ਹੋਈ, ਵਾਧਾ 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 ਵਾਧਾ, ਬਹੁਤ ਕੰਮ ਖਰਾਬ ਹੋ ਗਿਆ। ਜਦੋਂ ਕਦੇ ਤੁਹਾਡੇ ਬੱਚੇ ਰਹੂਗਾ ਤੁਹਾਡੇ ਅੰਦਰ, ਪਹਿਲਾਂ ਉਹ ਨੈਗੇਟਿਵ ਥੋਟ ਜਿਹੜਾ ਕਿ ਤੁਹਾਡੇ ਦਿਮਾਗ ਦੇ ਵਿੱਚ ਬੈਠਾ ਵਾ ਆਲਰੇਡੀ, ਉਹਨੇ ਆਉਣਾ ਅੱਗੇ, ਉਹਨੇ ਕਹਿਣਾ ਹਾਂ ਬਈ ਫਲਾਣੇ ਨੂੰ ਵੀ ਇੱਦਾਂ ਹੋਇਆ ਸੀਗਾ, ਉਹ ਬੰਦੇ ਨੂੰ ਇੱਦਾਂ ਹੋਇਆ ਸੀਗਾ, ਕਿਤੇ ਉਹ ਤਾਂ ਨਹੀਂ। ਤੁਹਾਡੇ ਅੰਦਰ ਡਰ ਪਹਿਲਾਂ ਆਉਣਾ, ਤੁਹਾਡੇ ਅੰਦਰ ਇਹ ਨਹੀਂ ਆਉਣਾ ਵੀ ਚਲੋ ਬੱਚੇ ਨੂੰ ਮਾੜੀ ਮੋਟੀ ਖਾਂਸੀ ਹੋਈ ਆ, ਠੀਕ ਹੋ ਜੂ, ਜਾਂ ਫਿਰ ਕੋਈ ਪੋਜ਼ਿਟਿਵ ਥੋਟ ਆਊਗਾ, ਬਟ ਨਹੀਂ, ਕਿਉਂਕਿ ਆਪਣੇ ਦਿਮਾਗ ਦੇ ਵਿੱਚ ਉੱਦਾਂ ਦੇ ਥੋਟ ਬੈਠੇ ਨੇ, ਆਪਾਂ ਉਹਨਾਂ ਨੂੰ ਘਰ ਬਣਾਇਆ ਹੋਇਆ, ਤਾਂ ਉਹੀ ਥੋਟ ਆਪਣੇ ਅੰਦਰ ਅੱਗੇ ਆ ਕੇ ਫਿਰ ਆਪਾਂ ਨੂੰ ਨੈਗੇਟਿਵ ਥੋਟ ਸੁਣਾਉਂਦੇ ਆ। ਸੋ ਗੱਲਬਾਤ ਜਿੱਥੇ ਆ ਕੇ ਮੁੱਕਦੀ ਆ ਜੀ, ਦੇਖੋ ਫਿਜ਼ੀਕਲ ਖੁਰਾਕ, ਆਪਾਂ ਨੂੰ ਸਾਰੇ ਡਾਕਟਰ ਵੀ ਕਹਿੰਦੇ ਆ, ਮਤਲਬ ਜਿਹੜੇ ਵੀ ਸਿਆਣੇ ਬੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਵਧੀਆ ਰਹੀ ਆ, ਤੰਦਰੁਸਤ ਰਹੀ ਆ, ਤਜਰਬੇਕਾਰ ਨੇ, ਆਪਾਂ ਨੂੰ ਕਹਿੰਦੇ ਚੰਗਾ ਖਾਓ, ਸਬਜ਼ੀਆਂ ਖਾਓ, ਅਨਾਜ ਖਾਓ, ਫਲ ਫਰੂਟ ਖਾਓ, ਨਟਸ ਖਾਓ, ਤਲਿਆ ਨਾ ਖਾਓ, ਮੋਟਾਪੇ ਵਾਲੀਆਂ ਚੀਜ਼ਾਂ ਨਾ ਖਾਓ, ਕਹਿੰਦੇ ਆ ਕਿ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਵਾ ਜਿਹੜੀਆਂ ਚੀਜ਼ਾਂ ਸਾਨੂੰ ਖਰਾਬ ਕਰਨਗੀਆਂ ਅੰਦਰ ਨਹੀਂ ਪਾਉਣੀਆਂ, ਜਿਹੜੀਆਂ ਚੀਜ਼ਾਂ ਸਾਨੂੰ ਤੰਦਰੁਸਤ ਕਰਨਗੀਆਂ ਆਪਾਂ ਅੰਦਰ ਪਾਉਣੀਆਂ। ਬਟ ਇਹਦੇ ਨਾਲ ਨਾਲ ਕਦੇ ਮਨ ਦੀ ਖੁਰਾਕ ਬਾਰੇ ਵੀ ਸੋਚਿਆ ਕਰੋ, ਆਪਾਂ ਕਿੱਦਾਂ ਦਾ ਪੜ੍ਹਦੇ ਹਾਂ, ਹੈ ਫੇਸਬੁੱਕ 'ਤੇ ਪੜ੍ਹੀ ਗਏ, ਉਹ ਬੱਲੇ ਅੱਛਾ ਇੱਦਾਂ ਹੋ ਗਿਆ, ਕਿੱਦਾਂ ਦਾ ਦੇਖਦੇ ਹੋ ਯਾਰ, ਆਹ ਫਿਲਮ ਬੜੀ ਵਧੀਆ, ਉਹਦੇ ਵਿੱਚ ਇੱਦਾਂ ਹੋਇਆ, ਫਲਾਣੇ ਨੂੰ ਮਾਰਤਾ, ਫਲਾਣੇ ਨਾਲ ਇਹ ਹੋ ਗਿਆ। ਛੋਟੇ ਹੁੰਦੇ ਨਾ ਜਦੋਂ ਆਪਾਂ ਛੋਟੇ ਸੀ, ਮੈਂ ਆਪਣੇ ਬਚਪਨ ਦੀ ਗੱਲ ਕਰਾਂ, ਮੈਂ ਕੋਈ ਕੋਈ ਮੂਵੀ ਹੁੰਦੀ ਸੀ ਜਿਹਦੇ ਵਿੱਚ ਕੋਈ ਕਤਲ ਹੁੰਦਾ ਜਾਂ ਫਿਰ ਕਿਸੇ ਦੇ ਬਹੁਤ ਬੁਰੀ ਤਰ੍ਹਾਂ ਸੱਟ ਮਾਰ ਲੱਗਦੀ, ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸੀਗੀਆਂ। ਅੱਜ ਕੱਲ੍ਹ ਆਮ ਆ, ਹੋਰ ਤਾਂ ਛੱਡੋ, ਫੇਸਬੁੱਕ 'ਤੇ, ਇੰਸਟਾ 'ਤੇ, ਸਨੈਪਚੈਟ 'ਤੇ ਇੱਦਾਂ ਕੁਛ ਆਮ ਆ, ਉਹ ਆਪਣੀ ਸੋਰਸ ਆਫ ਇਨਫੋਰਮੇਸ਼ਨ ਬਣ ਚੁੱਕੀ ਆ। ਕੀ ਦੇਖਦੇ ਹਾਂ, ਕੀ ਸੁਣਦੇ ਹਾਂ, ਕੀ ਪੜ੍ਹਦੇ ਹਾਂ, ਇਹ ਚੀਜ਼ਾਂ ਆਪਣੀ ਸੋਰਸ ਆਫ ਇਨਫੋਰਮੇਸ਼ਨ ਆ। ਥੋੜ੍ਹਾ ਜਿਹਾ ਜੇ ਆਪਾਂ ਇਸ ਚੀਜ਼ ਵੱਲ ਧਿਆਨ ਦਈਏ ਨਾ ਵੀ ਆਪਾਂ ਕੀ ਦੇਖਣਾ, ਸੁਣਨਾ, ਪੜ੍ਹਨਾ ਵਾ, ਆਪਣੇ ਥੋਟਸ, ਸਰੀਰ ਦਾ ਤਾਂ ਆਪਾਂ ਖਿਆਲ ਰੱਖ ਰਹੇ ਹਾਂ, ਜਿੰਮ ਜਾਂਦੇ ਹਾਂ, ਮਸਲ ਬਣਾਉਂਦੇ ਹਾਂ, ਡੋਲੇ ਬਣਾਉਂਦੇ ਹਾਂ, ਸਭ ਕੁਝ ਕਰਦੇ ਹਾਂ, ਮਾਨਸਿਕ ਹੈਲਥ ਦਾ ਕੀ? ਜਦੋਂ ਆਪਾਂ ਅੱਗੇ ਅੱਗੇ ਵੱਧਦੇ ਹਾਂ ਆਪਣੀ ਜ਼ਿੰਦਗੀ ਦੇ ਰੁਝੇਵੇਂ ਵੱਧਦੇ ਹਾਂ ਨਾ, ਕਈ ਵਾਰ ਇੱਦਾਂ ਦਾ ਟਾਈਮ ਆ ਜਾਂਦਾ, ਪਰਮਾਤਮਾ ਕਰੇ ਕਿਸੇ ਦੇ ਉੱਤੇ ਨਾ ਆਵੇ, ਪਰ ਜੇ ਕਦੇ ਆਇਆ ਉਹਨਾਂ ਡੀਲ ਕਿੱਦਾਂ ਕਰਨਾ? ਜੇ ਤੁਹਾਡੇ ਅੰਦਰ ਪੋਜ਼ਿਟਿਵ ਥੋਟ ਹੋਣਗੇ ਨਾ, ਤੁਸੀਂ ਬਹੁਤ ਹੀ ਆਰਾਮ ਨਾਲ ਡੀਲ ਕਰ ਲਓਗੇ। ਜਿੱਡਾ ਵੱਡਾ ਰੁਝੇਵਾਂ ਆਊਗਾ, ਉਨੀ ਤੁਹਾਡੇ ਅੰਦਰ ਪੀਸ
ਜਿਹੜਾ ਕਿ ਤੁਸੀਂ ਅੰਦਰ ਆਪਣੇ ਅੰਦਰ ਭਰਿਆ ਹੋਇਆ ਵਾ ਪਹਿਲਾਂ ਹੀ, ਉਹ ਤੁਹਾਡੀ ਹੈਲਪ ਕਰੂਗਾ ਉਨੀ ਵੱਧ ਕਿ ਠੀਕ ਆ ਜੀ ਇੱਦਾਂ ਹੀ ਸਿਚੁਏਸ਼ਨ ਆਈ ਆ, ਨੈਗੇਟਿਵ ਤਾਂ ਮੇਰੇ ਅੰਦਰ ਖਿਆਲ ਹੈ ਹੀ ਨਹੀਂ, ਤਾਂ ਮੈਂ ਪੋਜ਼ਿਟਿਵਲੀ ਉਹਨੂੰ ਸੋਚ ਕੇ ਉਹਨਾਂ ਡੀਲ ਕਰੂੰਗਾ। ਇੱਕ ਐਗਜ਼ਾਮਪਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ, ਐਗਜ਼ਾਮਪਲ ਨਹੀਂ ਐਕਚੁਲੀ, ਆਪਾਂ ਜਿਵੇਂ ਹੁਣ ਆਪਾਂ ਬਲੈਸਿੰਗ ਦੀ ਗੱਲ ਕਰਦੇ ਹਾਂ, ਕਿਤੇ ਹੜ੍ਹ ਆ ਗਿਆ, ਭੂਚਾਲ ਆ ਗਿਆ, ਕੋਈ ਨੈਚੁਰਲ ਡਿਜ਼ਾਸਟਰ ਆ ਗਿਆ, ਆਪਾਂ ਫੂਡ ਦੇ ਪੈਕਟਸ ਭੇਜ ਦਿੰਦੇ ਹਾਂ, ਬਲੈਂਕਟ ਭੇਜ ਦਿੰਦੇ ਹਾਂ, ਦਵਾਈਆਂ ਭੇਜ ਦਿੰਦੇ ਹਾਂ, ਨਾਲ ਦੀ ਨਾਲ ਚੰਗੀਆਂ ਦਵਾਵਾਂ ਭੇਜੋ ਯਾਰ ਉਹਨਾਂ ਨੂੰ। ਇਹ ਨਾ ਕਹੋ ਵੀ ਯਾਰ ਤੁਹਾਡੇ ਨਾਲ ਬਹੁਤ ਮਾੜਾ ਹੋਇਆ, ਚਲੋ ਟਾਈਮ ਦੇ ਨਾਲ ਠੀਕ ਹੋ ਜੂਗਾ, ਕੋਈ ਗੱਲ ਨਹੀਂ ਹੋ ਗਿਆ ਠੀਕ ਆ, ਬਟ ਅਸੀਂ ਸਾਰੇ ਤੁਹਾਡੇ ਨਾਲ ਹਾਂ, ਪੋਜ਼ਿਟਿਵ ਰਹਿਣਾ, ਤੁਸੀਂ ਬਹੁਤ ਸਟਰੋਂਗ ਹੋ, ਇਹ ਟਾਈਮ ਦੇ ਵਿੱਚੋਂ ਆਰਾਮ ਨਾਲ ਨਿਕਲਣਾ। ਇਹ ਦਵਾਵਾਂ ਵੀ ਬਹੁਤ ਅਸਰ ਕਰਦੀਆਂ, ਕੋਲ ਦੀ ਐਂਬੂਲੈਂਸ ਲੰਘੀ ਜਾਂਦੀ ਹੁੰਦੀ ਹੈ ਨਾ, ਉਹ ਤੇਰੀ ਕੋਈ ਮਰ ਗਿਆ, ਕਿਸੇ ਦਾ ਪੜਾਕਾ ਪੈ ਗਿਆ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਇੱਦਾਂ ਦੀਆਂ ਗੱਲਾਂ ਸੋਚ ਲੈਂਦੇ ਹਾਂ। ਅਰਦਾਸ ਕਰਦਿਆ ਕਰੋ, ਕੁਛ ਹੋਰ ਨਾ ਸੋਚਿਆ ਕਰੋ, ਅਰਦਾਸ ਕਰਦਿਆ ਕਰੋ, ਕੋਈ ਗੱਲ ਨਹੀਂ, ਜਿੱਥੇ ਚੱਲੀ ਆ ਪਰਮਾਤਮਾ ਕਰੇ ਬਿਲਕੁਲ ਠੀਕ ਠਾਕ ਹੋਵੇ। ਆਪਣੇ ਥੋਟਸ 'ਤੇ ਥੋੜ੍ਹਾ ਥੋੜ੍ਹਾ ਵਰਕ ਕਰਦੇ ਆਤਮਾ। ਇੱਕ ਮੈਂ ਛੋਟੀ ਜਿਹੀ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਦਾ, 10 ਮਿੰਟ ਸਵੇਰੇ ਉੱਠ ਕੇ ਲੰਘੋ ਜੀ ਲੰਘੋ। ਸਾਡੇ ਸਿਟੀ ਸੈਂਟਰ ਦਾ ਭੂਚਾਲ ਪਿਆ ਪਿਆ ਕਿਉਂਕਿ ਕਾਫੀ ਰੋਡ ਵਨ ਵੇ ਕਰ ਦਿੱਤੀਆਂ ਹੁਣ, ਜਿੱਥੇ ਅੱਗੇ ਰੋਡ ਵੱਲ ਜਾਂਦੇ ਸੀ ਕਦੇ ਸੱਜੇ ਮੁੜ ਗਏ, ਕਦੇ ਖੱਬੇ ਮੁੜ ਗਏ, ਨਾ ਕਦੇ ਸਿੱਧੇ ਲੰਘ ਗਏ, ਸਾਡੇ ਨਜ਼ਾਰੇ ਦੇਖੋ ਹੋਰ ਵੀ ਵੱਜ ਜਾਂਦੇ ਆ ਇੱਦਾਂ, ਕਦੇ ਕਦੇ ਸਾਡੇ ਨਜ਼ਾਰੇ ਸੀਗੇ ਜਿਹਦੇ ਨੂੰ ਜੀ ਕੀਤਾ ਮੋੜ ਲਿਆ ਆਪਣੀ ਰੋਡ ਦੇ ਹਿਸਾਬ ਨਾਲ, ਹੁਣ ਬਸ ਸੱਜੇ ਹੀ ਮੁੜਨਾ। ਫਿਰ ਅੱਜ ਇੱਕ ਰੋਡ ਅੱਜ ਬੰਦ ਕੀਤੀ ਉਹਨਾਂ ਨੇ, ਅੱਜ ਸਵੇਰੇ ਜਾ ਕੇ ਪਤਾ ਲੱਗਿਆ ਵੀ ਇੱਥੋਂ ਸਿਰਫ ਸੱਜੇ ਮੁੜ ਸਕਦੇ ਹਾਂ। ਹੁਣ ਬਹੁਤ ਵਿਚਾਰੇ ਜਾ ਰਹੇ ਆ ਡਰਾਈਵਰ, ਉਹਦੇ ਨੂੰ ਇੱਕ ਪਾਸੇ ਮੁੜਨਾ ਪੈਂਦਾ, ਫਿਰ ਜਿਹੜਾ ਟ੍ਰਿਪ ਸਟਾਰਟ ਕਰਨਾ ਹੁੰਦਾ ਘੁਮਾ ਫਿਰਾ ਕੇ, ਫਿਰ ਦਿਮਾਗ 'ਚ ਸਕੀਮਾਂ ਲਾਉਣੀਆਂ ਪੈਂਦੀਆਂ ਵੀ ਹੁਣ ਕਿੱਧਰ ਦੀ ਘੁਮਾ ਕੇ ਲੈ ਗਏ। ਐਨੀਵੇ ਮੈਂ ਇੱਕ ਛੋਟੀ ਜਿਹੀ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ, ਫਿਰ ਆਪਾਂ ਕਰਦੇ ਹਾਂ ਵੀਡੀਓ ਫਿਨਿਸ਼, ਸੁਣ ਲਿਓ ਇੱਧਰ ਉੱਧਰ ਨਾ ਆਇਓ। 10 ਮਿੰਟ ਸਵੇਰੇ ਅਤੇ 10 ਮਿੰਟ ਸ਼ਾਮ ਆਪਣੇ ਆਪ ਵਾਸਤੇ, ਪਲੀਜ਼ ਆਪਣੀ ਮੈਂਟਲ ਹੈਲਥ ਵਾਸਤੇ ਟਾਈਮ ਕੱਢਿਆ ਕਰੋ। ਸਵੇਰੇ ਉੱਠ ਕੇ ਕੁਛ ਚੰਗਾ ਸੋਚਿਆ ਕਰੋ। ਸਵੇਰੇ ਸਵੇਰੇ ਫੋਨ ਨਹੀਂ ਚੱਕਣ ਦੀ ਲੋੜ ਹੁੰਦੀ ਆਪਾਂ ਨੂੰ, ਇੰਸਟਾਗ੍ਰਾਮ ਫੇਸਬੁੱਕ ਯੂਟਿਊਬ ਇਹ ਦੇਖਣ ਦੀ ਲੋੜ ਨਹੀਂ ਹੁੰਦੀ, ਆਪਾਂ ਨੂੰ ਲੋੜ ਹੁੰਦੀ ਆ ਕੁਛ ਚੰਗਾ ਕੰਟੈਂਟ ਪਾਉਣ ਦੀ। ਚਾਹੇ ਕੋਈ ਚੰਗੀ ਕਿਤਾਬ ਪੜ੍ਹ ਲਓ, ਜਾਂ ਕੋਈ ਚੰਗਾ ਥੋਟਸ ਲਿਆਓ, ਜਾਂ ਚੁੱਪ ਕਰਕੇ ਯਾਰ ਮੈਡੀਟੇਸ਼ਨ ਕਰ ਲਓ, ਥੋੜ੍ਹਾ ਧਿਆਨ ਲਾ ਲਓ। ਸ਼ਾਮ ਨੂੰ ਵੀ ਜਦੋਂ ਆਪਾਂ ਸੌਣ ਤੋਂ ਪਹਿਲਾਂ ਜਿੱਦਾਂ ਦੇ ਥੋਟ ਲੈ ਕੇ ਜਾਵਾਂਗੇ ਨਾ ਬੈੱਡ ਦੇ ਵਿੱਚ, ਕਦੇ ਐਗਜ਼ਾਮਪਲ ਲੈ ਕੇ ਦੇਖ ਲਿਓ, ਐਕਸਪੈਰੀਮੈਂਟ ਕਰਕੇ ਦੇਖ ਲਿਓ ਵੀ ਜਿੱਦਾਂ ਦੇ ਥੋਟਸ, ਜੇ ਤੁਸੀਂ ਕੋਈ ਪ੍ਰੋਬਲਮ ਨੂੰ ਸੋਲਵ ਕਰ ਰਹੇ ਹੋ ਦਿਮਾਗ ਦੇ ਵਿੱਚ, ਜਾਂ ਕੋਈ ਹੋਲੀਡੇ ਪਲਾਨ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ, ਸਵੇਰੇ ਉੱਠੋਗੇ ਤੁਹਾਡੇ ਦਿਮਾਗ ਦੇ ਵਿੱਚ ਉਹੀ ਚੱਲ ਰਹੇ ਹੋ, ਮਤਲਬ ਕਿ ਜਿਹੜੀ ਕਿ ਤੁਸੀਂ 6-7 ਘੰਟੇ ਉਹ ਸਲੀਪ ਲਿੱਤੀ ਹੈ ਨਾ, ਉਹ ਸਲੀਪ ਦੇ ਵਿੱਚ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਨੇ ਵਰਕ ਕੀਤਾ, ਹੌਲੀ ਹੌਲੀ ਇਹ ਸਰੀਰ ਦੇ ਅੰਦਰ ਬਿਮਾਰੀਆਂ ਵੀ ਪੈਦਾ ਕਰਦੀਆਂ ਜਦੋਂ ਆਪਾਂ ਸਟ੍ਰੈਸ ਲੈ ਕੇ ਸੌਂਦੇ ਹਾਂ। ਸੋ ਰਾਤ ਨੂੰ ਸੌਣ ਲੱਗੇ ਇੱਕ ਤਾਂ ਦੇਖਿਆ ਕਰੋ, ਮੈਨੂੰ ਦਿਨ 'ਚ ਕਿਸੇ ਗੱਲ 'ਤੇ ਗੁੱਸਾ ਤਾਂ ਨਹੀਂ ਆਇਆ, ਮੈਂ ਅਪਸੈਟ ਤਾਂ ਨਹੀਂ ਹੋਇਆ, ਮੈਂ ਟਾਇਰਡ ਜਾਂ ਕੁਛ ਵੀ ਇੱਦਾਂ ਦਾ ਹੋਇਆ ਹੋਵੇ, ਤਾਂ ਉਹਦੇ ਬਾਰੇ ਸੋਚਿਆ ਕਰੋ ਵੀ ਕੀ ਰੀਜ਼ਨ ਬਣਿਆ ਸੀਗਾ, ਉਹੀ ਜਿਹੜੀ ਸਿਚੁਏਸ਼ਨ ਬਣੀ ਆ ਉਹਦੇ ਬਾਰੇ ਥੋੜ੍ਹਾ ਜਿਹਾ ਸੋਚ ਲਿਆ ਵੀ ਮੈਂ ਇਹ ਸਿਚੁਏਸ਼ਨ ਜੇ ਦੁਬਾਰਾ ਆਉਂਦੀ ਆ ਮੇਰੀ ਲਾਈਫ ਦੇ ਵਿੱਚ, ਮੈਂ ਇਹਨੂੰ ਕਿਵੇਂ ਡੀਲ ਕਰਾਂ ਤਾਂ ਕਿ ਮੇਰੇ ਉੱਤੇ ਉਸ ਚੀਜ਼ ਦਾ ਘੱਟ ਅਸਰ ਹੋਵੇ। ਜੇ ਤੁਹਾਡੇ ਉੱਤੇ ਘੱਟ ਅਸਰ ਹੋਊਗਾ ਨਾ, ਤੁਹਾਡੀ ਸਰਾਊਂਡਿੰਗ, ਤੁਹਾਡੇ ਪਰਿਵਾਰ 'ਤੇ, ਤੁਹਾਡੇ ਦੋਸਤਾਂ ਮਿੱਤਰਾਂ 'ਤੇ, ਜਾਂ ਤੁਹਾਡੇ ਆਲੇ ਦੁਆਲੇ ਜੋ ਵੀ ਆ ਉਹ 'ਤੇ ਵੀ ਉਹ ਚੀਜ਼ ਦਾ ਫਿਰ ਘੱਟ ਅਸਰ ਹੋਣ ਲੱਗ ਜੂ। ਪਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਐਨਾਲਾਈਜ਼ ਕਰਨਾ, ਜਿਵੇਂ ਡਾਟਾ ਐਨਾਲਾਈਜ਼ ਨਹੀਂ ਕਰਦੇ ਹੁੰਦੇ, ਮੈਂ IT 'ਚ ਰਿਹਾ ਤਾਂ ਇੱਦਾਂ ਦੀਆਂ ਗੱਲਾਂ ਯਾਦ ਆ ਜਾਂਦੀਆਂ, ਜਿਵੇਂ ਡਾਟਾ ਐਨਾਲਾਈਜ਼ ਨਹੀਂ ਕਰਦੇ ਵੀ ਐਰਰ ਕਿੱਥੋਂ ਆਈ ਸੀਗੀ, ਕਿਉਂ ਆਈ ਸੀਗੀ, ਅਤੇ ਨੈਕਸਟ ਟਾਈਮ ਅਸੀਂ ਕੀ ਕਰੀਏ ਤਾਂ ਕਿ ਦੁਬਾਰਾ ਨਾ ਆਵੇ, ਕਿਵੇਂ ਫਿਕਸ ਕਰਨੀ ਆ। ਉਵੇਂ ਹੀ ਆਪਣਾ ਦਿਮਾਗ ਦੇ ਅੰਦਰ ਜਿਹੜਾ ਡਾਟਾ ਚੱਲਦਾ ਨਾ, ਜਿਹੜਾ ਆਪਾਂ ਭਰਿਆ ਹੋਇਆ ਉਹਨੂੰ ਕੱਢੋ, ਡੀਟੌਕਸ ਕਰੋ ਫਿਜ਼ੀਕਲੀ। ਆਪਾਂ ਡੀਟੌਕਸ ਜਿਵੇਂ ਕਹਿ ਦਿੰਦੇ ਹਾਂ ਵੀ ਆਪਣੀ ਗੱਟ ਹੈਲਥ, ਆਪਣੀਆਂ ਬਿਮਾਰੀਆਂ ਦੀ ਜੜ ਆ। ਜੇ ਤੁਹਾਡਾ ਢਿੱਡ ਸਾਫ਼ ਨਹੀਂ ਨਾ ਹੁੰਦਾ ਚੰਗੀ ਤਰ੍ਹਾਂ, ਜਾਂ ਜੋ ਵੀ ਖਾਧਾ ਪੀਤਾ ਗੰਦਮਾ ਦਾ ਚੰਗੀ ਤਰ੍ਹਾਂ ਕਲੀਅਰ ਨਹੀਂ ਹੁੰਦਾ ਢਿੱਡ ਦੇ ਵਿੱਚੋਂ, ਉਸੇ ਤਰ੍ਹਾਂ ਬਿਮਾਰੀਆਂ ਬਣਦੀਆਂ ਲਾਈਫ ਦੇ ਵਿੱਚ ਅੱਗੇ ਜਾ ਕੇ। ਉਵੇਂ ਹੀ ਦਿਮਾਗ ਨੂੰ ਡੀਟੌਕਸ ਕਰੋ, ਟਰਾਈ ਕਰਕੇ ਦੇਖੋ, ਇੱਕ ਦਿਨ ਤੋਂ ਸਟਾਰਟ ਕਰੋ। ਅੱਜ ਮੈਂ ਕੋਈ ਗੁੱਸਾ ਨਹੀਂ ਕਰਨਾ,
ਕਿਸੇ ਬਾਰੇ ਮਾੜਾ ਨਹੀਂ ਸੋਚਣਾ, ਕਿਸੇ ਦੀ ਚੁਗਲੀ ਨਹੀਂ ਕਰਨੀ, ਤੁਸੀਂ ਖੁਦ ਕਹੋਗੇ ਯਾਰ ਕਮਾਲ ਹੋ ਗਈ, ਇੱਕ ਦਿਨ ਤੋਂ ਇੱਕ ਹਫ਼ਤਾ ਬਣਾ ਲਓ, ਹੌਲੀ ਹੌਲੀ ਇਹ ਚੀਜ਼ਾਂ ਨੂੰ ਆਪਣੀ ਆਦਤ ਬਣਾਓ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ। ਵਧੀਆ ਸੋਚੋ, ਵਧੀਆ ਖਾਓ, ਵਧੀਆ ਪਹਿਨੋ ਅਤੇ ਤੰਦਰੁਸਤ ਰਹੋ, ਆਪਣਾ, ਆਪਣੇ ਪਰਿਵਾਰ ਦਾ ਅਤੇ ਆਪਣੇ ਆਲੇ ਦੁਆਲੇ ਦਾ, ਆਪਣੀ ਕਮਿਊਨਿਟੀ ਦਾ ਖਿਆਲ ਰੱਖੋ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਹੋ। ਅਤੇ ਠੀਕ ਹੈ ਜੀ, ਛੋਟੀ ਜਿਹੀ ਕੋਸ਼ਿਸ਼ ਕੀਤੀ, ਮੇਰੇ ਦਿਮਾਗ ਦੇ ਵਿੱਚ ਥੋਟ ਆ ਰਹੇ ਸੀ ਕਿ ਸਵੇਰ ਦੇ ਹੀ ਅੱਜ ਮੈਂ, ਠੀਕ ਹੈ ਜੀ, ਕਰਦੇ ਹਾਂ ਅੱਜ ਦੀ ਵੀਡੀਓ ਫਿਨਿਸ਼। ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਵੀ ਕਰ ਲਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਇੱਦਾਂ ਹੀ ਪਿਆਰ ਭਰੀ ਲੈ ਕੇ। ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਖੁਸ਼ ਰਹੋ।